ਬੀਬੀਆਂ ਦਾ ਜਥਾ, ਉਹਨਾਂ ਨੂੰ ਮੈਂ ਬੇਨਤੀ ਕਰਦਾ ਸਟੇਜ ਤੇ ਆ ਜਾਓ ਪੌਣੇ ਘੰਟੇ ਵਾਸਤੇ ਜੀ, ਆ ਜਾਓ ਠੀਕ ਹੈ। ਡੇਢ ਘੰਟਾ ਚਲੋ ਠੀਕ ਹੈ। Thank you.
ਨਿਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ, ਇੱਕ ਵਾਰ ਰਸਨਾ ਪਵਿੱਤਰ ਕਰਨ ਵਾਸਤੇ, ਸਾਡੀ ਹਾਜ਼ਰੀ ਕਬੂਲ ਕਰਨ ਵਾਸਤੇ ਮਾਤਾ ਗੁਜਰੀ ਦੇ ਲਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਫਰਜਨ ਹੇਮਕੁੰਡ ਦੇ ਰਿਸ਼ੀ ਇਨਕਲਾਬੀ ਗੁਰੂ ਜੁਗ ਪਲਟਾਊ ਯੋਧੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਚੜ੍ਹਦੀ ਕਲਾ ਵਾਲਾ ਬਖਸ਼ਿਆ ਹੋਇਆ ਨਾਰਾ ਉੱਚੀ ਆਵਾਜ਼ ਨਾਲ ਬੁਲੰਦ ਕਰੀਏ ਔਰ ਰਸਨਾ ਪਵਿੱਤਰ ਕਰੀਏ। ਸ਼ਰਧਾ ਸਤਿਕਾਰ ਨਾਲ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਸਾਡੇ ਪਿਤਾ ਸਮਾਨ ਗਿਆਨੀ ਦਇਆ ਸਿੰਘ ਜੀ ਦਿਲਬਰ ਔਰ ਉਹਨਾਂ ਦੇ ਲਾਇਕ ਸਪੁੱਤਰ ਗਿਆਨੀ ਕੁਲਜੀਤ ਸਿੰਘ ਜੀ ਦਿਲਬਰ ਔਰ ਸਮੁੱਚੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ ਆਪਣੇ ਢਾਡੀ ਜੱਥੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ, ਜਿਨ੍ਹਾਂ ਨੇ ਹੁਕਮ ਭੇਜ ਕੇ ਇੱਥੋਂ ਦੇ ਇਲਾਕਾ ਨਿਵਾਸੀਆਂ ਦੇ ਔਰ ਸ਼ਹਿਰ ਨਿਵਾਸੀਆਂ ਦੇ ਦਰਸ਼ਨ ਕਰਵਾ ਦਿੱਤੇ ਨੇ, ਬਹੁਤ ਧੰਨਵਾਦ ਕਰਦਾ। ਤੇ ਦੂਸਰੀ ਬੇਨਤੀ ਇਹ ਹੈ, ਪਿੰਡਾਂ ਦੀ ਬੋਲੀ ਵਿੱਚ ਕਹਿੰਦੇ ਨੇ ਹਾਥੀ ਦੀ ਪੈੜ ਵਿੱਚ ਸਾਰੀਆਂ ਗੱਲਾਂ ਆ ਜਾਂਦੀਆਂ ਨੇ,
ਤੇ ਜਿੱਥੇ ਗਿਆਨੀ ਦਇਆ ਸਿੰਘ ਜੀ ਦਿਲਵਰ ਵਰਗੇ ਢਾਡੀ ਲੈਕਚਰਾਰ ਵਿਦਵਾਨ ਪੌਣਾ ਘੰਟਾ ਬੋਲ ਗਏ ਹੋਣ, ਉੱਥੇ ਬਾਕੀ ਫਿਰ ਕੋਈ ਗੱਲ ਰਹਿ ਨਹੀਂ ਜਾਂਦੀ। ਤੇ ਦੂਸਰੀ ਤੀਸਰੀ ਤੁਸੀਂ ਬਾਰ ਬਾਰ ਚਿੱਠ ਦੀ ਭੇਜੀ, ਵਿੱਚੋਂ ਆਵਾਜ਼ ਵੀ ਆਈ ਵੀ ਵਧੇਰੇ ਸਮਾਂ ਦਿਓ, ਅਸੀਂ ਤੁਹਾਡਾ ਵਧੇਰੇ ਸਮਾਂ ਨਹੀਂ ਲੈ ਸਕਦੇ ਕਿਉਂਕਿ ਬੱਚੀਆਂ ਨਾਲ ਨਾਲ ਪੜ੍ਹਾਈ ਕਰਦੀਆਂ ਨੇ। ਇਹਨਾਂ ਦੇ ਪਿਤਾ ਜੀ ਸਰਦਾਰ ਨਿਰਮਲ ਸਿੰਘ ਜੀ ਸਿੱਧੂ ਜਿਹੜੇ ਟੈਲੀਫੋਨ ਮਹਿਕਮੇ ਚ ਸੁਪਰਵਾਈਜ਼ਰ ਦੀ ਡਿਊਟੀ ਕਰਦੇ ਨੇ, ਉਹਨਾਂ ਨੇ ਆਪਣੀ ਡਿਊਟੀ ਤੇ ਜਾਣਾ। ਇਸ ਪਾਸੇ ਬੀਬਾ ਰਵਿੰਦਰ ਕੌਰ, ਇਹ ਨਾਲ ਨਾਲ ਸਰਕਾਰੀ ਟੀਚਰ ਵੀ ਨੇ, ਡਿਊਟੀ ਵਾਲੇ ਬੰਦੇ ਨੂੰ ਪਤਾ ਹੁੰਦਾ ਵੀ ਸਮੇਂ ਸਿਰ ਲੱਗ ਕੇ ਅਗਲੇ ਦਿਨ ਦੀ ਡਿਊਟੀ ਕਰਨੀ ਹੁੰਦੀ ਹੈ। ਪਰੰਤੂ ਜਿੱਥੇ ਇੰਨੀਆਂ ਗੱਲਾਂ ਨੇ ਉੱਥੇ ਦਇਆ ਸਿੰਘ ਜੀ ਦਿਲਵਰ ਪਰਿਵਾਰ ਦਾ ਮੈਂ ਹੁਕਮ ਨਹੀਂ ਸੀ ਮੋੜ ਸਕਿਆ। ਇਸ ਤੋਂ ਪਹਿਲਾਂ ਤੁਹਾਡੇ ਲਾਗੇ ਹਵੇਲੀ ਪਿੰਡ ਸਾਡਾ ਪ੍ਰੋਗਰਾਮ ਸੀ, ਉੱਥੋਂ ਸਿੱਖ ਸੰਗਤਾਂ ਦੇ ਦਰਸ਼ਨ ਕਰਕੇ ਤੁਹਾਡਾ ਹੁਕਮ ਸਿਰ ਮੱਥੇ ਮੰਨ ਕੇ ਅਸੀਂ ਤੁਹਾਡੇ ਦਰਸ਼ਨ ਕਰਨ ਵਾਸਤੇ ਹਾਜ਼ਰ ਹੋ ਗਏ। ਲੋ, ਮੈਂ ਵਧੇਰੇ ਸਮਾਂ ਤੁਹਾਡਾ ਨਹੀਂ ਲੈਣਾ ਚਾਹੁੰਦਾ। ਇੱਕ ਗੱਲ ਦਾ ਮਾਣ ਔਰ ਫਖਰ ਕਰਦਾ ਮੈਂ ਇਸ ਪਰਿਵਾਰ ਤੇ, ਜਿੱਥੇ ਪੰਜਾਬ ਅੰਦਰ ਸੱਭਿਆਚਾਰਕ ਮੇਲਿਆਂ ਦੀ ਭਰਮਾਰ ਹੈ ਔਰ ਜਿੱਥੇ ਪੰਜਾਬ ਅੰਦਰ ਰਾਗੀ ਜਥਿਆਂ ਦੇ ਕੀਰਤਨ ਦਰਬਾਰ ਦੀ ਭਰਮਾਰ ਹੈ, ਤਾਦਾਦ ਹੈ, ਤੇ ਉੱਥੇ ਜਾਣੀ ਢਾਡੀ ਦਰਬਾਰਾਂ ਦੀ ਬਹੁਤ ਹੀ ਜਾਣੀ ਘੱਟ ਗਿਣਤੀ ਵੀ ਢਾਡੀ ਦਰਬਾਰ ਹੋ ਰਹੇ ਨੇ, ਸ਼ਾਇਦ ਤੁਸੀਂ ਢਾਡੀ ਦਰਬਾਰਾਂ ਦੀ ਲੋੜ ਨਹੀਂ ਮਹਿਸੂਸ ਕਰਦੇ। ਇਹ ਘਾਟ ਪੂਰੀ ਕੀਤੀ ਹੈ ਤੁਸੀਂ ਸਾਰਿਆਂ ਨੇ ਰਲ ਕੇ ਤੇ ਨਾਲ ਦਿਲਬਰ ਪਰਿਵਾਰ ਨੇ ਸਹਿਯੋਗ ਦਿੱਤਾ। ਤੇ ਦੂਸਰਾ, ਮੈਂ ਕੋਈ ਆਲੋਚਨਾ ਕਰਨ ਵਾਸਤੇ ਖੜਾ ਨਹੀਂ ਹੋਇਆ, ਰਾਗੀਆਂ ਵਾਸਤੇ ਕੋਈ ਦਿੱਕਤ ਪੇਸ਼ ਨਹੀਂ ਆਉਂਦੀ। 5,894 ਸ਼ਬਦ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਨੇ, ਕੋਈ ਰਾਗੀ ਕੋਈ ਸ਼ਬਦ ਪੜ੍ਹੀ ਜਾਵੇ, ਸੰਗਤ ਦਾ ਕੋਈ ਬੰਦਾ ਉੱਠ ਕੇ ਰੋਕ ਨਹੀਂ ਸਕਦਾ, ਟੋਕ ਨਹੀਂ ਸਕਦਾ ਕਿ ਪਹਿਲੇ ਰਾਗੀ ਨੇ ਵੀ ਇਹੋ ਹੀ ਸ਼ਬਦ ਪੜ੍ਹਿਆ ਤੇ ਤੁਸੀਂ ਗਿਆਨੀ ਜੀ ਕਿਉਂ ਸ਼ਬਦ ਹੋਰ ਪੜ੍ਹਿਆ। ਇੱਕੋ ਹੀ ਸ਼ਬਦ 5 ਰਾਗੀ ਪੜ੍ਹੀ ਜਾਣ, ਕੋਈ ਮਾਈ ਦਾ ਲਾਲ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਰੋਕ ਸਕਦਾ। ਤੇ ਦੂਸਰੀ, ਗੁਰੂ ਅਰਜਨ ਦੇਵ ਮਹਾਰਾਜ ਨੇ ਕਿਰਪਾ ਕਰ ਦਿੱਤੀ ਰਾਗੀ ਸਿੰਘਾਂ ਤੇ, 31 ਰਾਗ ਆਪਣੇ ਆਪ ਲਿਖ ਕੇ ਜਾਣੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਕਰ ਦਿੱਤੇ। ਰਾਗ ਲੱਭਣ ਦੀ ਕੋਈ ਲੋੜ ਨਹੀਂ ਨਾ ਰਾਗੀਆਂ ਨੂੰ, ਕੋਈ ਰਾਗ ਜਿਹੜਾ ਜੀ ਕਰੇ 31 ਰਾਗਾਂ ਵਿੱਚੋਂ ਮਨਪਸੰਦ ਰਾਗ ਕੀਰਤਨ ਕਰਕੇ ਤੁਹਾਨੂੰ ਸੁਣਾਇਆ ਜਾ ਸਕਦਾ। ਪਰੰਤੂ ਢਾਡੀ ਸਿੰਘਾਂ ਨੂੰ ਵਾਰਾਂ ਕਹਿਣ ਵਾਸਤੇ ਕੋਈ ਕਿਤਾਬਾਂ ਪੜ੍ਹਨ ਦੀ ਵੀ ਲੋੜ ਪੈਂਦੀ ਹੈ, ਧੁਨਾ ਬੰਨਣ ਦੀ ਵੀ ਲੋੜ ਪੈਂਦੀ ਹੈ, ਤੇ ਹੋਰ ਪ੍ਰਾਈਵੇਟ ਨੌਲੇਜ ਜਿਹੜੀ ਹੈ ਪ੍ਰਾਪਤ ਕਰਨ ਵਾਸਤੇ ਹੋਰ ਕਿਤਾਬਾਂ ਦੀ ਵੀ ਲੋੜ ਪੈਂਦੀ ਹੈ। ਤੇ ਗਿਆਨੀ ਸੋਹਣ ਸਿੰਘ ਸੀਤਲ ਜਿਹੜੇ ਢਾਡੀਆਂ ਦੇ ਪਿਤਾਮਾ ਨੇ, ਉਹਨਾਂ ਨੇ ਇੱਕ ਵਾਰੀ ਆਪਣੇ ਲੈਕਚਰ ਵਿੱਚ ਇੱਕ ਢਾਡੀ ਦਰਬਾਰ ਵਿੱਚ ਆਖਿਆ, ਜਿੱਥੇ ਦਿਲਬਰ ਸਾਹਿਬ ਵੀ ਮੌਜੂਦ ਸਨ ਬਠਿੰਡੇ ਸ਼ਹਿਰ ਵਿੱਚ, ਉਹਨਾਂ ਨੇ ਆਖਿਆ ਕਿ ਢਾਡੀ ਇੱਕ ਜੰਗਲ ਦੇ ਫੁੱਲ ਨੇ। ਤਵਜੋ ਦਿਓ ਜਰਾ, ਜਿਵੇਂ ਜੰਗਲ ਦੇ ਫੁੱਲਾਂ ਨੂੰ ਨਾ ਕੋਈ ਪਾਣੀ ਦਿੰਦਾ, ਨਾ ਕੋਈ ਖਾਦ ਪਾਉਂਦਾ ਤੇ ਨਾ ਕੋਈ ਗੋਡੀ ਕਰਦਾ, ਜੰਗਲ ਦੇ ਫੁੱਲ ਕੁਦਰਤ ਦੇ ਓਟ ਆਸਰੇ ਆਪ ਖਿੜਕੇ ਔਰ ਸੰਸਾਰ ਦੇ ਲੋਕਾਂ ਨੂੰ ਸੁਗੰਧੀ ਤੇ ਖੁਸ਼ਬੂਆਂ ਵੰਡਦੇ ਨੇ। ਇਸੇ ਤਰ੍ਹਾਂ ਜਿਹੜੇ ਢਾਡੀ ਨੇ, ਖਿਮਾ ਕਰਨਾ, ਇਹਨਾਂ ਦੀ ਨਾ ਕੋਈ ਯੂਨੀਵਰਸਿਟੀ ਹੈ ਤੇ ਨਾ ਕੋਈ ਕਾਲਜ ਹੈ ਤੇ ਨਾ ਕੋਈ ਸਕੂਲ ਹੈ, ਇਹਨਾਂ ਨੂੰ ਚਲਾਉਣ ਦਾ ਇੱਕੋ ਇੱਕ ਸਾਧਨ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਆਸ਼ੀਰਵਾਦ ਸਰਪ੍ਰਸਤੀ ਤੇ ਜਾਂ ਸਿੱਖ ਸੰਗਤਾਂ ਦੀ ਸਰਪ੍ਰਸਤੀ ਢਾਡੀ ਜਥਿਆਂ ਨੂੰ ਸੰਸਾਰ ਅੰਦਰ ਪੈਦਾ ਕਰਦੀ ਹੈ। ਲੋਕ ਧਿਆਨ ਦਿਓ, ਮੈਂ ਤੁਹਾਡਾ ਵਧੇਰੇ ਸਮਾਂ ਨਾ ਲਵਾਂ। ਇਹ ਸਿੱਖੀ ਦੀ ਮੰਜ਼ਿਲ ਔਰ ਸਿੱਖੀ ਦਾ ਪੱਥਰ ਗੁਰੂ ਨਾਨਕ ਦੇਵ ਮਹਾਰਾਜ ਨੇ ਸੱਚ ਦੀ ਆਵਾਜ਼ ਬੁਲੰਦ ਕੀਤੀ ਔਰ ਇੱਥੇ ਵਸ ਨਹੀਂ, ਉਹਨਾਂ ਨੂੰ ਸੱਚੀ ਆਵਾਜ਼ ਬੁਲੰਦ ਕਰਨ ਵਾਸਤੇ ਬਾਬਰ ਬਾਦਸ਼ਾਹ ਦੀਆਂ ਕਹਾਣੀਆਂ ਚੱਕੀਆਂ ਪੀਸਣੀਆਂ ਪਈਆਂ। ਬਾਬਰ ਬਾਦਸ਼ਾਹ ਦੀ ਕਹਾਣੀ ਕੈਦ ਅੰਦਰ ਗੁਰੂ ਨਾਨਕ ਨੇ ਪੀਸੀਆਂ ਚੱਕੀਆਂ ਸਨ, 33 ਤਵੀ ਤੇ ਬੈਠ ਕੇ ਗੁਰੂ ਅਰਜਨ ਉਹ ਨੀਹਾਂ ਕੌਣੀਆਂ ਕੀਤੀਆਂ, ਪੱਕੀਆਂ ਸਨ, ਮੀਰੀ ਤੀਰੀ ਦੇ ਬਾਬਰ ਬਾਦਸ਼ਾਹ ਨੇ ਯਮਰਾਜੀਆਂ ਉਡਾਈਆਂ, ਫੱਕੀਆਂ ਸਨ, ਤੇਜ ਬਹਾਦਰ ਹਿੰਦ ਦੀ ਬਣ ਚਾਦਰ ਪੱਕਾ ਲੈਣੀਆਂ ਨੇਕਾਂ ਚੱਕੀਆਂ ਸਨ। ਜਦੋਂ ਸਾਰੀਆਂ ਹੀਲੀਆਂ ਤੋਂ ਗੱਲ ਲੰਘੀ ਤੇ ਅੱਗਾ ਗੁਰੂ ਗੋਬਿੰਦ ਸਿੰਘ ਚੱਕੀਆਂ ਸਨ, ਸਿੰਘਾਂ ਸੂਰਮੇ ਵਤਨ ਪੁਜਾਰੀਆਂ ਨੇ, ਬੜੀਆਂ ਦੇਸ਼ ਲਈ ਜਾਨਾਂ ਦਾਰੀਆਂ ਨੇ, ਸਿਵੀਆ ਐਵੇਂ ਨੀ ਆਜ਼ਾਦੀ ਦਾ ਫਲ ਮਿਲਿਆ, ਪਹਿਲਾਂ ਇਹਦੀਆਂ ਕੀਮਤਾਂ ਉਤਾਰੀਆਂ ਨੇ। ਤੱਤੀਆਂ ਤਵੀਆਂ ਤੇ ਬੈਠ ਕੇ
ਆਰੇ ਨਾਲ ਚਿਰ ਕੇ ਦੇਗਾਂ ਵਿੱਚ ਉਬਲ ਕੇ ਫਾਂਸੀਆਂ ਤੇ ਲਟਕ ਕੇ ਰੇਲਾਂ ਦੇ ਮੋਹਰੇ ਲੰਮੇ ਪੈ ਕੇ ਠੀਕਾਂ ਵਿੱਚ ਗੋਲੀਆਂ ਖਾ ਕੇ ਜਿਨ੍ਹਾਂ ਨੇ ਸਿੱਖੀ ਪ੍ਰਿੰਸੀਪਲ ਨੂੰ ਔਰ ਸਿੱਖੀ ਅਸੂਲ ਨੂੰ ਚੜ੍ਹਦੀ ਕਲਾ ਵਿੱਚ ਜਾਣ ਵਾਸਤੇ ਯਤਨ ਔਰ ਉਪਰਾਲੇ ਕੀਤੇ ਉਹਨਾਂ ਦੀ ਸ਼ਾਨ ਸ਼ੌਕਤ ਬਾਰੇ ਇੱਕ ਨਗਮਾ ਤੁਹਾਡੀ ਸੇਵਾ ਅੰਦਰ ਬੀਬਾ ਜਸਵਿੰਦਰ ਕੌਰ ਬਲਵਿੰਦਰ ਕੌਰ ਔਰ ਰਵਿੰਦਰ ਕੌਰ ਢਾਡੀ ਸ਼ੇਰ ਸਿੰਘ ਨਮੋਲ ਸਰੰਗੀ ਮਾਸਟਰ ਡਾਕਟਰ ਨਛੱਤਰ ਸਿੰਘ ਛੱਤਾ ਹੈ Thank you.
ਸਾਡੀ ਸਿੱਖੀ ਨਹੀਂ ਜਲਦੀ ਉਹ ਸੱਚੀਆਂ ਤਰੀਆਂ ਤੇ ਸਾੜਿਆ ਨਹੀਂ ਜਾ ਸਕਦਾ, ਸਰੀਰ ਸਾੜਿਆ ਜਾ ਸਕਦਾ। ਔਰ ਸਿੱਖੀ ਸੋਚ ਆਰਿਆਂ ਨਾਲ ਚੀਰੀ ਨਹੀਂ ਜਾ ਸਕਦੀ, ਸਰੀਰ ਚੀਰਿਆ ਜਾ ਸਕਦਾ। ਲੱਤੀ ਦਾਸ ਜਲਾਦ ਨੂੰ ਕਹਿਣ ਲੱਗਾ ਸਿੱਖਾ ਕਰਖਾ ਆਰੇ ਦੀਆਂ ਦੰਦਿਆਂ ਨੂੰ ਉਹ ਲੱਕੜਾ ਚੀਰਦਾ ਰਿਹਾ ਸੰਸਾਰ ਅੰਦਰ, ਅੱਜ ਚੀਰ ਕੇ ਵੇਖ ਲੈ ਬੰਦਿਆਂ ਨੂੰ, ਮੌਤ ਲਾੜੀ ਨੂੰ ਹੱਸ ਕੇ ਭਰ ਲੈਣਾ, 12 ਸਾਲ ਦੀ ਚਾਰਨਾ ਖੰਭਿਆਂ ਨੂੰ ਸਿਰੀਆਂ ਗਾਉਣਗੇ ਸ਼ਹੀਦੀ ਦੇ ਗੀਤ ਮੇਰੇ, ਤੇ ਲੋਕੀ ਸੁਣਨਗੇ ਛੱਡ ਕੇ ਬੰਦਿਆਂ ਨੂੰ ਅਮਰ ਸ਼ਹੀਦਾਂ ਦੀ ਅਮਰ ਕਥਾ ਵਿੱਚੋਂ, ਲੋਕ ਪੰਕੇ ਤੁਹਾਡੀ ਸੇਵਾ ਅੰਦਰ ਹੋ। ਨਾਰੇ ਅਣਖ ਆਜ਼ਾਦੀ ਦੇ ਮਾਰਦੇ ਰਹੇ,
ਤੇ ਨਹੀਂ ਤਾਂ ਸੰਸਾਰ ਦੇ ਲੋਕ ਜੰਮੀ ਜਾਂਦੇ ਨੇ ਮਰੀ ਜਾਂਦੇ ਨੇ ਕੋਈ ਗਿਣਤੀ ਨਹੀਂ ਮਾਈ ਦਾ ਨਾਲ ਕਰ ਸਕਿਆ। ਕਬੀਰ ਸਾਹਿਬ ਕਿੰਨਾ ਸੁੰਦਰ ਲਿਖਦੇ ਨੇ ਉਹ ਕਿੰਨੇ ਨੇ ਕਬੀਰ ਮਰਦਾ ਮਰਦਾ ਜਗ ਮੂਆ ਮਰ ਪੇ ਨਾ ਜਾਣੇ ਕੋਏ ਐਸੀ ਮਰਨੀ ਜੋ ਮਰੇ ਬਾਹਰ ਨਾ ਮਰਨਾ ਹੋਏ ਘਰੇ ਨੇ ਸਾਂਭ ਲਿਆ ਤੁਰਗੀ ਧੀ ਝੜ ਕੇ ਪੱਲੇ ਉੱਥੇ ਨੇ ਜਨਮ ਲਿਆ ਬਾਬਾ ਸਿੰਘ ਦੇ ਵੱਲ ਚੱਲੇ ਕਿਧਰੇ ਮੋਰ ਮਕਾਣੇ ਦਾ ਕਿਧਰੇ ਵਿਆਹ ਮੰਗਣੇ ਮਕਲਾਵੇ ਜਗ ਜੰਕਸ਼ਨ ਵੇਲਾ ਦੇ ਗੱਡੀ ਇੱਕ ਆਵੇ ਇੱਕ ਜਾਵੇ ਅਮਰ ਸ਼ਹੀਦਾਂ ਦੀ ਅਮਰ ਕਥਾ ਵਿੱਚੋਂ ਬੋਲੇ ਨਾ ਸ਼ਹੀਦ ਬੱਚੀਆਂ ਨਾਂ ਰੋਸ਼ਨ ਕਰ ਰਹੀਆਂ ਉੱਥੇ ਬੀਬੀਆਂ ਨੂੰ ਵਿਸ਼ੇਸ਼ ਤੌਰ ਤੇ ਮਾਣ ਹੋਣਾ ਚਾਹੀਦਾ। ਇਹਨਾਂ ਐਜੂਕੇਟਡ ਬੱਚੀਆਂ ਨੇ ਇੱਕ ਢਾਡੀ ਵਾਰ ਗਾ ਕੇ ਦੋ ਵਾਰ ਦੋ ਸੋਨੇ ਦੇ ਤਗਮੇ ਜਿੱਤੇ ਨੇ ਉਹ ਵਾਰ ਵੀ ਮੈਂ ਤੁਹਾਨੂੰ ਹੁਣੇ ਸੁਣਾਉਣੀ ਹੈ। ਲੈਕਚਰ ਘੱਟ ਕਰਕੇ ਇੱਕ ਦੋ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਨੀਆਂ ਸੁਣੀਆਂ ਜਰਾ। ਬਹੁਤ ਸਾਰੀਆਂ ਮੇਰੀਆਂ ਸਨਮਾਨਯੋਗ ਭੈਣਾਂ ਵੱਲੋਂ ਬੱਚੀਆਂ ਵੱਲੋਂ ਤੁਹਾਡੇ ਸਾਰਿਆਂ ਵੱਲੋਂ ਇਤਿਹਾਸ ਤੇ ਬਹੁਤ ਸਾਰੇ ਦਮੜੇ ਹਾਜ਼ਰ ਹੋਏ ਨੇ। ਮੈਂ ਆਪਣੇ ਜੱਥੇ ਵੱਲੋਂ ਤੁਹਾਡਾ ਸਭ ਦਾ ਬਹੁਤ ਧੰਨਵਾਦ ਕਰਦਾ। ਇਹ ਜਿਹੜਾ ਮੇਰੇ ਜੱਥੇ ਨੂੰ ਸਮਾਂ ਮਿਲਿਆ ਹੈ ਇਹ ਜਾਣੀ ਅਖੀਰਲਾ ਟਾਈਮ ਹੈ। ਮੇਰੇ ਤੋਂ ਪਹਿਲਾਂ ਵੀ ਜ਼ਿਕਰ ਹੋ ਰਿਹਾ ਸੀ ਮਗਰਲਾ ਟਾਈਮ ਜਾਂ ਮੂਹਰਲਾ ਟਾਈਮ ਲਾਉਣ ਵਾਸਤੇ ਬਹੁਤ ਜੱਥੇ ਤਿਆਰ ਹੁੰਦੇ ਨੇ ਘੱਟ, ਪਰ ਮੈਂ ਤੇ ਮੈਂ ਕੋਈ ਵਡਿਆਉਂਦਾ ਨਹੀਂ ਦਿਲਵਰ ਪਰਿਵਾਰ ਨੂੰ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਦਾ ਪ੍ਰਕਾਸ਼ 400 ਸਾਲਾ ਪ੍ਰਕਾਸ਼ ਦਿਨ ਸਿੱਖ ਜਗਤ ਮਨਾ ਰਿਹਾ ਤੇ ਸਾਨੂੰ ਇੱਕ ਬੜੀ ਤੇਜ਼ੀ ਸ਼ਿਕਾਇਤ ਰਿਕਾਰਡ ਕਰਵਾਉਣੀ ਪਈ ਪੁੱਤਰਾਂ ਦੇ ਦਰਦ ਬੁਰੇ, ਤੇ ਉਹ ਸ਼ਿਕਾਇਤ ਅੰਦਰ ਚਾਰ ਆਈਟਮਾਂ ਗਿਆਨੀ ਦਿਲਵਰ ਦਇਆ ਸਿੰਘ ਦਿਲਵਰ ਦੀਆਂ ਬੜੀ ਤੇਜ਼ੀ ਨਾਲ ਅਸੀਂ ਰਿਕਾਰਡ ਕਰਵਾ ਦਿੱਤੀਆਂ ਤੇ ਨਾਲ ਕੈਸ ਤੇ ਉਹਨਾਂ ਦਾ ਨਾਮ ਵੀ ਲਿਖਿਆ ਬਜ਼ੁਰਗਾਂ ਦਾ, ਤੇ ਜਿੱਥੇ ਉਹਨਾਂ ਦਾ ਮਾਣ ਹੈ ਉੱਥੇ ਨਵੇਂ ਸ਼ਹਿਰ ਵਾਲੇ ਵਸਨੀਕੀਆਂ ਦਾ ਵੀ ਮਾਣ ਹੈ। ਉਸ ਕੈਸ ਅੰਦਰ ਨਾਂ ਆਉਂਦਾ ਗਿਆਨੀ ਦਇਆ ਸਿੰਘ ਜੀ ਦਿਲਵਰ। ਔਰ ਮੈਨੂੰ
ਸਰਦਾਰ ਕੁਲਵੀਰ ਸਿੰਘ ਜੀ ਦਿਲਵਰ ਸਾਹਿਬ ਤੁਹਾਡੇ ਵੱਲੋਂ ਇੱਕ ਹੁਕਮ ਭੇਜ ਕੇ ਗਏ ਨੇ ਕਿ ਤੁਹਾਡੀ ਦਮ ਧਮਾਕੇ ਕੈਸ ਵਿੱਚ ਰਿਕਾਰਡ ਹੋਇਆ ਇੱਕ ਗੀਤ ਦਿੱਲੀ ਸਰਕਾਰ ਦੀ ਫਾਸੀ ਹੈ। ਕੋਈ ਨੀ ਜੇ ਜਾਣਾ ਚਾਹੇ ਜਾਓ। ਬਹੁਤ ਸਾਰੇ ਸੱਜਣਾਂ ਨੇ ਦੂਰ ਜਾਣਾ ਹੁੰਦਾ ਹੈ, ਮੈਂ ਮਹਿਸੂਸ ਕਰਦਾ। ਗਿਆਨੀ ਹਰਦੀਪ ਸਿੰਘ ਜੀ ਗਿੱਲ ਸਾਹਿਬ ਉਹਨਾਂ ਦੇ ਨਾਲ ਸਰਦਾਰ ਪਾਲ ਸਿੰਘ ਜੀ ਉਹ ਮੇਰੇ ਵੱਲ ਦੇਖਦੇ ਨੇ ਵੀ ਅਸੀਂ ਚਲੇ ਜਾਈਏ, ਤੁਸੀਂ ਮਹਿਸੂਸ ਤਾਂ ਨੀ ਕਰਦੇ ਕਿਉਂਕਿ ਚਲੇ ਜਾਣ ਦਾ ਸਮਾਂ ਹੋ ਗਿਆ, ਅਸੀਂ ਵੀ ਚਲੇ ਜਾਣਾ, ਮਹਿਸੂਸ ਕਰਨ ਵਾਲੀ ਗੱਲ ਨਹੀਂ। ਨਾ ਮੈਂ ਲੈਕਚਰ ਦੇਣਾ, ਹੁਣ ਸਿਰਫ ਦੋ ਆਈਟਮਾਂ ਤੁਹਾਡੀ ਸੇਵਾ ਅੰਦਰ। ਸਿਆਣੇ ਲੋਕ ਕਹਿੰਦੇ ਨੇ ਜਿਹੜੇ ਕਵੀਸ਼ਰ ਨੂੰ ਧਿਆਨ ਦਿਓ ਜਰਾ, ਡਿਊਟਾ ਛੰਦ ਨਹੀਂ ਗਾਉਣਾ ਆਉਂਦਾ ਉਹ ਕਵੀਸ਼ਰ ਨਹੀਂ ਗਿਣਿਆ ਜਾ ਸਕਦਾ, ਤੇ ਜਿਸ ਢਾਡੀ ਜਥੇ ਨੂੰ ਦੁੱਲੇ ਦੀ ਵਾਰ ਗਾਉਣੀ ਨਾ ਆਉਂਦੀ ਹੋਵੇ ਮੇਰਾ ਖਿਆਲ ਉਹ ਢਾਡੀਆਂ 'ਚ ਵੀ ਨਹੀਂ ਗਿਣਿਆ ਜਾ ਸਕਦਾ। ਹੁਣ ਇਹ ਬੱਚੀਆਂ ਢਾਡੀ ਜਥੇ ਵੀ ਤਾਂ ਹੀ ਗਿਣੀਆਂ ਜਾਣਗੀਆਂ ਦਰਬਰ ਸਾਹਿਬ, ਜੇ ਕੋਈ ਦੁੱਲੇ ਦੀ ਵਾਰ ਦੀ ਤਰਜ ਗਾਉਣ ਤਾਂ ਹੀ ਢਾਡੀ ਗਿਣਿਆ ਸਕਦਾ, ਤੇ ਨਹੀਂ ਤਾਂ ਆਵੇਂ ਤੂੰ ਸੁੱਕੇ ਹੋਇਆ ਕੱਦੂ ਲੈ ਕੇ ਵਿੱਚ ਰਿੰਡ ਦਾ ਡੰਡਾ ਉਡਾ ਕੇ ਇੱਕੋ ਹੀ ਤਾਰ ਪਾ ਕੇ ਲੰਘੇ ਡੰਗ ਤੇਰੇ ਦਿਓਰ ਦਾ ਵਿਆਹ ਫਰਨੈਲ ਕੁੜੇ, ਉਹਨਾਂ ਨੂੰ ਵੀ ਢਾਡੀ ਜਥਾ ਕਹੀ ਜਾਂਦੇ ਨੇ ਲੋਕ ਇੱਥੇ ਤਾਂ। ਤੇ ਮੇਰੇ ਤੋਂ ਪਹਿਲਾਂ ਕੁਸ਼ਤੀ ਕਰਕੇ ਸਪਸ਼ਟੀਕਰਨ ਦੇ ਕੇ ਦਰਬਰ ਸਾਹਿਬ ਵੀ ਨਾਭੇ ਵਾਲੀਆਂ ਬੀਬੀਆਂ ਨੂੰ ਵੀ ਢਾਡੀ ਜਥਾ ਹੀ ਕਿਹਾ ਜਾਂਦਾ, ਜਿਹਨਾਂ ਕੋਲ ਨਾ ਢੱਡ ਹੈ ਨਾ ਸਤਰੰਗੀ ਹੈ ਨਾ ਕੋਈ ਗੱਲ ਨਾ ਕੋਈ ਬਾਤ, ਜਿਹੜੀ ਗੱਲ ਜੱਜੀ ਨਹੀਂ। ਇਹ ਤਾਂ ਐਂ ਹੈ ਜਿਵੇਂ ਕੋਈ ਮੇਰੇ ਵਰਗਾ ਬੰਦਾ ਕਬਾੜੀਆਂ ਦੀ ਦੁਕਾਨ ਤੋਂ ਫੌਜੀਆਂ ਦੀ ਵਰਦੀ ਲੈ ਕੇ ਮੁੱਲ ਲੈ ਕੇ ਪਾ ਲਵੇ, ਉਹਨੂੰ ਦੂਜਾ ਬੰਦਾ ਸਤਿ ਸ੍ਰੀ ਅਕਾਲ ਕਰੀ ਜਾਵੇ ਫੌਜੀ ਕਹਿ ਕੇ, ਇਹ ਤਾਂ ਇਸ ਕਿਸਮ ਦੀ ਗੱਲ ਹੈ ਨਾ, ਇਸ ਕਿਸਮ ਦੀ ਗੱਲ ਨਹੀਂ। ਲੋ ਜਿਹੜੀ ਬਾਹਰ ਜਾ ਕੇ ਨਾ ਬੱਚੀਆਂ ਨੇ ਸਿੱਖ ਪੰਥ ਦਾ ਪੰਜਾਬ ਦਾ ਔਰ ਆਪਣੀ ਕੌਮ ਦਾ ਨਾਂ ਰੋਸ਼ਨ ਕੀਤਾ, ਉਹ ਬਾਹਰ ਮੈਂ ਤੁਹਾਡੀ ਸੇਵਾ 'ਚ ਕਹਿਣੀ ਚਾਹੁੰਦਾ। ਯੂਨੀਵਰਸਿਟੀ ਦੇ ਢਾਡੀ ਮੁਕਾਬਲਿਆਂ ਵਿੱਚ ਇਹ ਬਾਹਰ ਅੱਬਲ ਰਹੀ ਫਸਟ ਰਹੀ ਤੇ ਰੇਡੀਓ ਰਾਹੀਂ ਵੀ ਤੁਸੀਂ ਜਿਹੜੀ ਆ ਬਾਹਰ ਸੁਣੀ। ਇੱਕ ਗੱਲ ਹੋਰ ਮਾਣਦੀ ਹੈ, ਕਈ ਵਾਰੀ ਕੋਈ ਗੀਤ ਲਿਖਦੇ ਨੇ ਕਵਿਤਾਵਾਂ ਲਿਖਦੇ ਨੇ ਮੇਰੇ ਵਰਗੇ ਬੰਦੇ ਉੱਠ ਕੇ ਉਹਨਾਂ ਦਾ ਨਾਂ ਹੀ ਮੇਟ ਦਿੰਦੇ ਨੇ, ਇਹ ਬਾਹਰ ਸਵਰਗਵਾਸੀ ਸਰਦਾਰ ਅਮਰ ਸਿੰਘ ਜੀ ਸ਼ੌਂਕੀ ਨੇ ਲਿਖੀ ਹੈ। ਬਹੁਤ ਸਾਰੇ ਢਾਡੀ ਬਾਹਰ ਗਾਉਂਦੇ ਨੇ ਔਰ ਉਹਨਾਂ ਦੇ ਵਿੱਚ ਨਾਂ ਵੀ ਆਊਗਾ, ਅਸੀਂ ਯਤਨ ਕੀਤਾ ਵੀ ਜਿਸ ਕਿਸੇ ਨਾਮ ਵਾਲੇ ਢਾਡੀ ਵੀ ਕੋਈ ਬਾਹਰ ਗਾਈ ਜਾਵੇ ਉਹਦਾ ਨਾਂ ਰਹਿਣਾ ਜ਼ਰੂਰੀ ਹੈ ਕਿਉਂਕਿ ਉਹਨੇ ਬੜੀ ਮੁਸ਼ਕਲ ਨਾਲ ਵਾਰ ਲਿਖੀ ਹੁੰਦੀ ਹੈ। ਉੱਠ ਵੀ ਕਾਕਾ ਸਮਾਂ ਨਹੀਂ ਇੰਨਾ। ਲੋ ਚਿੱਟੀ ਚਮੜੀ ਵਾਲਾ ਬਿੱਲੀਆਂ ਅੱਖਾਂ ਵਾਲਾ ਦਿਲ ਦਾ ਕਾਲਾ ਅੰਗਰੇਜ਼ ਵਤਨ ਦੀ ਜ਼ਿੰਦਗੀ ਲਈ ਕਈ ਵਾਰੀ ਮਨ ਮਾਰਨਾ ਪੈਂਦਾ, ਆਜ਼ਾਦੀ ਜਿੱਤਣ ਵਾਸਤੇ ਕਈ ਵਾਰੀ ਹਾਰਨਾ ਪੈਂਦਾ, ਇਹ ਨਖਰੋ ਆਪਣਾ ਸਾਨੂੰ ਖੂਨ ਵਿੱਚ ਰੰਗਾਉਂਦੀ ਏ। ਆਜ਼ਾਦੀ ਦੋਸਤੋ ਮੁਫਤ ਨਹੀਂ ਮਿਲਦੀ, ਇਹਦਾ ਮੁੱਲ ਉਤਾਰਨਾ ਪੈਂਦਾ। ਅੱਜ ਕੈਕਸਤਨ ਹਾਲ ਅੰਦਰ ਚਿੱਟੀ ਚਮੜੀ ਵਾਲਾ ਬਿੱਲੀਆਂ ਅੱਖਾਂ ਵਾਲਾ ਦਿਲ ਦਾ ਕਾਲਾ ਅੰਗਰੇਜ਼ ਸਰ ਮਾਈਕਲ ਉਡਵੇਰ ਜਦੋਂ ਪੰਜਾਬੀਆਂ ਦੀ ਸ਼ਾਨ ਦੇ ਖਿਲਾਫ ਫਿੱਕੇ ਕੋਝੇ ਭੈੜੇ ਔਰ ਪੱਡੇ ਸ਼ਬਦ ਵਰਤ ਰਿਹਾ ਸੀ, ਪੰਜਾਬ ਦੇ ਨੌਜਵਾਨ ਸਰਦਾਰ ਊਧਮ ਸਿੰਘ ਦੇ ਡੋਣੇ ਦਾ ਖੂਨ ਖੋਲ ਉੱਠਿਆ, ਇਹ ਗੱਭਰੂ ਆਪਣੀ ਕੁਰਸੀ ਉੱਤੋਂ ਉੱਠਿਆ, ਕਿਤਾਬ ਖੋਲੀ, ਕਿਤਾਬ ਵਿੱਚੋਂ ਕੱਢ ਕੇ 6 ਗੋਲੀ ਦਾ ਰਿਵਾਲਵਰ ਸਰਦਾਰ ਊਧਮ ਸਿੰਘ ਨੇ ਜਨਰਲ ਉਡਵੇਰ ਦੀ ਛਾਤੀ ਵੱਲ ਸਿੱਧਾ ਕਰਕੇ ਕਾਲ ਕਰਦੀਆਂ 3 ਗੋਲੀਆਂ ਹੇ ਲੱਗੀਆਂ। Thank you.
ਇੱਕੋ ਆਈਟਮ ਜਿਹੜੀ ਇੱਥੋਂ ਦੀ ਸੰਗਤ ਹੈ
ਉਹ ਕਹਿੰਦੇ ਜੀ ਤੁਸੀਂ ਹੁਣੇ ਅਨਾਉਂਸਮੈਂਟ ਕਰ ਦਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਰਪੁਰਬ ਦੀ ਤੇ ਪੈਸਿਆਂ ਦੀ ਭੇਟਾ ਦੀ ਐਡਜਸਟਮੈਂਟ ਉਹ ਬਾਅਦ ਵਿੱਚ ਕਰ ਲਵਾਂਗੇ। ਕਈ ਗੱਲਾਂ ਬਾਅਦ ਵਿੱਚ ਚੰਗੀਆਂ ਨਹੀਂ ਹੁੰਦੀਆਂ ਤੇ ਮੈਨੂੰ ਬਹੁਤ ਸਾਰੇ ਸੱਜਣ ਕਹਿੰਦੇ ਸੀ ਵੀ ਸਾਹਿਬ ਤੁਹਾਡਾ ਟਾਈਮ ਖੁੱਲ੍ਹਾ ਹੀ ਹੈ, ਕਈ ਚੀਜ਼ਾਂ ਖੁੱਲੀਆਂ ਚੰਗੀਆਂ ਨਹੀਂ ਹੁੰਦੀਆਂ। ਹੁਣ ਪਾਣੀ ਕਿੰਨਾ ਵਗਿਆ ਦਿਲਬਰ ਸਾਹਿਬ, ਖੁੱਲ੍ਹਾ ਚੰਗਾ ਨਹੀਂ ਨਾ ਹੁੰਦਾ, ਖੁੱਲ੍ਹਾ ਪਾਣੀ ਵਗਦਾ, ਖੁੱਲ੍ਹੀ ਪੱਗ ਹੋਵੇ ਚੰਗੀ ਨਹੀਂ ਲੱਗਦੀ, ਖੁੱਲ੍ਹਾ ਦਰਵਾਜ਼ਾ ਹੋਵੇ ਕਈ ਵਾਰੀ ਨੁਕਸਾਨ ਹੋ ਜਾਂਦਾ, ਚੰਗਾ ਨਹੀਂ ਲੱਗਦਾ, ਤੇ ਮੱਝ ਦਾ ਕੱਟਰੂ ਖੁੱਲ੍ਹਾ ਹੋਵੇ ਉਹ ਵੀ ਚੰਗਾ ਨਹੀਂ ਹੁੰਦਾ। ਤੇ ਇਸੇ ਤਰ੍ਹਾਂ ਜੇ ਸਾਡਾ ਵੀ ਟਾਈਮ ਖੁੱਲ੍ਹਾ ਹੋਵੇ ਗੱਲ ਵਧੀਆ ਜੱਜੀ ਨਹੀਂ। ਹਰੇਕ ਚੀਜ਼ ਨਿਯਮ, ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਕਮਾਲ ਲਿਖਿਆ, ਕਹਿੰਦੇ ਭੈ ਵਿੱਚ ਪਵਣ ਮਹਿ ਸਦਵਾਓ, ਏਡੀਆਂ ਏਡੀਆਂ ਚੀਜ਼ਾਂ ਵੀ ਤੇ ਹੁਕਮ ਵਿੱਚ ਚੱਲਦੀਆਂ, ਭੈ ਵਿੱਚ ਪਵਣ ਮਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵੈਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਜਿਹਨੂੰ ਸਾਡਾ ਲਾਣਾ ਹੁਣ ਤੱਕ ਚੰਦ ਮਾਮਾ ਹੀ ਕਹਿੰਦਾ ਰਿਹਾ ਵੀ ਟੇਕਦੇ ਚੰਦ ਮਾਮਾ ਨੂੰ ਮੱਥਾ, ਸਾਡਾ ਵੀ ਮਾਮਾ, ਸਾਡੇ ਬਾਪੂ ਜੀ ਦੇ ਮਾਮਾ, ਬਾਬਾ ਜੀ, ਦਾਦਾ, ਲਗੜ ਦਾਦਾ, ਨਗੜ ਦਾਦਾ, ਜਾਣੀ ਸਾਰਿਆਂ ਦੇ ਮਾਮਾ ਬਣਿਆ ਰਿਹਾ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕੇਤੇ ਹਿੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇ ਪੜ੍ਹੇ ਲਿਖੇ ਮੁਲਕਾਂ ਨੇ, ਅਮਰੀਕਾ ਵਰਗੇ ਮੁਲਕਾਂ ਨੇ ਖੋਜ ਕਰਕੇ ਉਦੋਂ ਹੀ ਪਤਾ ਲੱਗਾ ਜਦੋਂ ਚੰਦ ਮਾਮਾ ਦੀ ਛਾਤੀ ਉੱਤੇ ਜਾਣੀ ਪੈਰ ਰੱਖ ਲਏ, ਉਦੋਂ ਹੀ ਪਤਾ ਲੱਗਾ, ਵਧੇਰੇ ਸਮਾਂ ਨਹੀਂ। ਇੱਕ ਮਾਣ ਦੀ ਗੱਲ ਹੈ ਮੇਰੇ ਹਰਮਨ ਪਿਆਰੇ ਦੋਸਤਾਂ ਵਿੱਚੋਂ ਗਿਆਨੀ ਕੁਲਜੀਤ ਸਿੰਘ ਜੀ ਦਿਲਬਰ ਸਾਹਿਬ ਦੇ ਜੱਥੇ ਨਾਲ ਜਿਹੜੇ ਸੰਗਤ ਕਰ ਰਹੇ ਨੇ, ਸਾਥ ਦੇ ਰਹੇ ਨੇ, ਸਰੰਗੀ ਮਾਸਟਰ ਗਿਆਨੀ ਗੁਰਬਖਸ਼ ਸਿੰਘ ਜੀ ਮਾਨ, ਜਿਹਨਾਂ ਨੇ ਕੈਨੇਡਾ ਦੇ 2 ਟੂਰ ਪ੍ਰੋਗਰਾਮ ਲਾਏ ਨੇ ਆਪਣੇ ਜਥੇ ਨੂੰ, ਢੇਰ ਸਾਰੀ ਮਾਇਆ ਭੇਜਦੇ ਨੇ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ, ਤੁਹਾਡਾ ਵੀ ਧੰਨਵਾਦ ਕਰਦਾ, ਮੇਰੀਆਂ ਸਨਮਾਨਯੋਗ ਭੈਣਾਂ ਦਾ ਵੀ ਧੰਨਵਾਦ ਕਰਦਾ। ਤੇ ਸਮਾਂ ਬੜੀ ਤੇਜ਼ੀ ਨਾਲ ਅਤੀਤ ਹੁੰਦਾ ਜਾ ਰਿਹਾ। ਇੱਕ ਤੁਹਾਨੂੰ ਦੁਆਬੇ ਵਾਲਿਆਂ ਨੂੰ ਵਿਸ਼ੇਸ਼ ਤੌਰ ਤੇ ਜ਼ਿਲ੍ਹੇ ਜਲੰਧਰ ਵਾਲਿਆਂ ਨੂੰ ਹੋਰ ਮਾਣ ਹੈ। ਕਿਸ ਤਰ੍ਹਾਂ ਸਰਦਾਰ ਭਗਤ ਸਿੰਘ ਵਰਗੀ ਮਹਾਨ ਸ਼ਖਸੀਅਤ ਜਿਹੜੀ ਤੁਸੀਂ ਪੈਦਾ ਕੀਤੀ ਹੈ ਇਸ ਮਿੱਟੀ ਨੇ, ਔਰ ਇੱਕ ਕੌਮੀ ਪਰਵਾਨਾ, ਕੌਮੀ ਹੀਰਾ, ਮੁਲਕ ਦੀ ਆਜ਼ਾਦੀ ਦਾ ਹੀਰੋ ਤੁਸੀਂ ਪੈਦਾ ਕਰਕੇ ਦਿੱਤਾ ਹੈ। ਤੇ ਵੱਖਰੀ ਗੱਲ ਹੈ ਕਿ ਵਧੇਰੇ ਮਾਣ ਹੋਰ ਨੇਤਾਵਾਂ ਨੂੰ ਦਿੱਤਾ ਜਾ ਰਿਹਾ ਹੈ, ਇਹ ਕੋਈ ਰਾਜਸੀ ਮੰਚ ਨਹੀਂ। ਜਦੋਂ ਕਿਸੇ ਵੀ ਮੁਲਕ ਜਾਂ ਦੇਸ਼ ਅੰਦਰ ਆ ਕੇ ਬਾਹ ਆਜ਼ਾਦੀ ਦੀ ਵਗਦੀ ਏ, ਉਸ ਦੇਸ਼ ਦੀਆਂ ਸੱਚੀਆਂ ਆਸ਼ਕਾਂ ਨੂੰ ਰਹਿੰਦੀ ਹੋਸ਼ ਨਾ ਸੀਸ ਤੇ ਪੱਗਦੀ ਏ, ਘਰ ਸੈਂਕੜੇ ਉਜੜ ਕੇ ਮੱਖੀਆਂ ਦੇ ਬੱਤੀ ਮੋਮ ਦੀ ਤਾਇਕ ਜਗਦੀ ਏ, ਸ਼ਰਫ ਖੂਨ ਗਰੀਬਾਂ ਦਾ ਨੁਚੜ ਜਾਂਦਾ ਤੇ ਮਹਿੰਦੀ ਹੋਰਨਾਂ ਦੇ ਹੱਥੀ ਲੱਗਦੀ ਏ, ਸ਼ਹੀਦਾਂ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਉਹ ਖੂਨ ਵੀ ਡੋਲ ਦੇਣ ਤੇ ਨਾਲ ਕੁਰਸੀਆਂ ਦਾ ਆਨੰਦ ਵੀ ਮਾਣ ਲੈਣ। ਇਹ ਅਲੱਗ ਬਾਤ ਹੁੰਦੀ ਹੈ ਕਿ ਸ਼ਹੀਦ ਖੂਨ ਡੋਲਣ ਵਾਲੇ ਹੋਰ ਹੁੰਦੇ ਨੇ ਤੇ ਕੁਰਸੀਆਂ ਦਾ ਆਨੰਦ ਮਾਣਨ ਵਾਲੇ ਹੋਰ ਹੁੰਦੇ ਨੇ। ਮੈਂ ਤੁਹਾਡੀ ਸੇਵਾ ਅੰਦਰ ਇੱਕੋ ਹੀ ਬੇਨਤੀ ਕਰ ਰਿਹਾ, ਹਾਥੀ ਦੇ ਤਖਤੇ ਤੇ ਖਲੋਤੇ ਨੇ 3 ਨੌਜਵਾਨ ਜਾਂਦੇ ਨੇ, ਇਹ ਮੰਚ ਤੇ ਖਲੋ ਕੇ ਨਾਰੇ ਮਾਰਨੇ ਬਹੁਤ ਸੌਖੀ ਬਾਤ ਹੈ, ਭੋਰਿਆਂ ਵਿੱਚ ਸਮਾਧੀਆਂ ਲਾਉਣੀਆਂ ਬਹੁਤ ਸੌਖੀ ਬਾਤ, ਭੋਰਿਆਂ ਵਿੱਚ ਕਈ ਸੰਤ ਮਹਾਤਮਾ, ਮੈਂ ਗਲਤੀ ਨਾਲ ਬਹੁਤ ਸਾਰੇ ਬਹੁਤ ਚੰਗੇ ਸੰਤ ਵੀ ਨੇ, ਕੋਈ ਮੇਰੇ ਵਰਗੇ ਪਖੰਡੀ ਸੰਤ ਭੋਰਿਆਂ ਵਿੱਚ ਵੜ ਕੇ ਫਿਰ ਬਾਹਰ ਖੜਾ ਇੱਕ ਬਰਛੇ ਵਾਲਾ, ਉਹ ਕਹਿੰਦਾ ਸੰਤ ਭੋਰੇ ਸਮਾਧੀ ਲਾ ਕੇ ਬੈਠੇ ਨੇ, ਸੰਤ ਭਾਵੇਂ ਭੋਰੇ ਦੀ ਕਿੰਨੇ ਛਕਦਾ ਹੋਵੇ, ਉਹ ਯਾਰ ਭੋਰਿਆਂ ਸਮਾਧੀਆਂ ਲਾਉਣੀਆਂ ਬਹੁਤ ਸੌਖੀਆਂ ਨੇ, ਪਰੰਤੂ ਤੱਤੀਆਂ ਤੰਮੀਆਂ ਤੋਂ ਸਮਾਧੀਆਂ ਲਾਉਣੀਆਂ ਬਹੁਤ ਔਖੀਆਂ ਨੇ। ਮੇਰੇ ਪਰਮ ਮਿੱਤਰਾਂ ਵਿੱਚੋਂ ਕੁਲਜੀਤ ਸਿੰਘ ਦਿਲਵਰ ਦੇ ਹੀਰੋ ਗਿਆਨੀ ਪ੍ਰਿਥੀ ਸਿੰਘ ਜੀ ਰਾਹੀ ਉਹਨਾਂ ਵੱਲੋਂ ਦਵੜੇ ਹਾਜ਼ਰ ਹੋ ਰਹੇ ਨੇ, ਮੈਂ ਬਹੁਤ ਧੰਨਵਾਦ ਕਰਦਾ ਆਪਣੇ ਜੱਥੇ ਵੱਲੋਂ। ਲੋ ਜੀ, ਫਾਸੀ ਦੇ ਤਖਤਾਂ ਤੇ ਖਲੋ ਕੇ ਨਾਰੇ ਲਾਉਣੇ, ਕੋਈ ਖਾਲਾ ਜੀ ਦਾ ਵਾੜਾ ਨਹੀਂ, ਸਰਫਰੋਸ਼ੀ ਕੀ ਤਮੰਨਾ, ਅਬ ਹਮਾਰੇ ਦਿਲ ਮੇ ਹੈ, ਦੇਖਣਾ ਯੋਰ ਕਿਤਨਾ ਬਾਜ਼ੂ ਹੈ, ਕਾਤਲ ਮੇ ਹੈ, ਤੇਗੂ ਕੀ ਛਾਇਆ ਮੇ ਪਲ ਕਰ ਹਮ ਯਵਾਂ ਹੋਏ ਹੈ, ਇਹ ਖੇਲ ਹੈ ਹਮਾਰਾ ਫਾਸੀ ਪੈ ਝੂਲ ਜਾਣਾ। ਲੋ ਫਾਸੀ ਦੇ ਤਖਤੇ ਤੇ ਖਲੋਤਾ ਖਲੋਤਾ ਪੰਜਾਬ ਦਾ ਅਲਵੇਲਾ ਗੱਭਰੂ, ਕੌਮ ਦਾ ਕੌਮੀ ਪਰਵਾਨਾ ਹੀਰਾ ਸਰਦਾਰ ਭਗਤ ਸਿੰਘ, ਰਾਜਗੁਰੂ ਸੁਖਦੇਵ, ਜਿਸ ਤਰ੍ਹਾਂ ਫਾਸੀ ਨਾਲ ਗੱਲਾਂ ਕਰ ਰਹੇ ਨੇ ਉਸ ਸਮੇਂ ਦੇ ਇਤਿਹਾਸ ਬੋਲ, ਤੁਹਾਡੀ ਸੇਵਾ ਅੰਦਰ ਬੀਬਾ ਜਸਵਿੰਦਰ ਕੌਰ, ਬਲਵਿੰਦਰ ਕੌਰ ਔਰ ਰਵਿੰਦਰ ਕੌਰ, ਸ਼ੇਰ ਸਿੰਘ ਨਮੋੜ, ਸਰੰਗੀ ਮਾਸਟਰ ਕਾਕਾ ਨਛੱਤਰ ਸਿੰਘ ਛੱਤਾ, ਹੇ Thank you.
ਚੱਲੀਏ ਸਾਡੀਆਂ ਮੁਹੱਬਤਾਂ ਨਿਆਰੀਆਂ ਸ਼ਰਮਾਵੇ ਕੱਤ ਚੱਲੀਏ ਸਾਡੀਆਂ ਮੁਹੱਬਤਾਂ ਨਿਆਰੀਆਂ Thank you.
ਸਾਜਰਾਂ ਚ ਉਤਾਰੀਆਂ ਦਿੱਲੀ ਸਰਕਾਰ ਦੀ ਫਸੀਏ ਤੇਰੇ ਨਾਲ ਲਾਈਆਂ ਸਿਆਰੀਆਂ ਐਵੇਂ ਸ਼ਰਮ ਵਾਲੇ ਕੱਟ ਚੱਲੀਏ ਸਾਡੀਆਂ ਮੁਹੱਬਤਾਂ ਨਿਆਰੀਆਂ ਖਿਮਾ ਕਰਨੀ ਸਾਰੀਆਂ ਸੰਗਤਾਂ ਦਾ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ ਤੇ ਮੇਰੇ ਮੋਹਤਰ ਮਿੱਤਰਾਂ ਵਿੱਚੋਂ ਗਿਆਨੀ ਕੁਲਜੀਤ ਸਿੰਘ ਜੀ ਦਿਲਵਰ ਪ੍ਰਧਾਨ ਮੀਰੀ ਪੀਰੀ ਯੁਵਾ ਢਾਡੀ ਸਭਾ ਜਿਨ੍ਹਾਂ ਦੇ ਯਤਨਾਂ ਸਦਕਾ ਹੁਕਮਾਂ ਸਦਕਾ ਦੇ ਨਾਲ ਸਰਦਾਰ ਮਾਨ ਸਾਹਿਬ ਜੀ ਦਾ ਵੀ ਹੁਕਮ ਸੀ ਵੱਡੇ ਦਿਲਵਰ ਸਾਹਿਬ ਆਮ ਪੰਜਾਬ ਚ ਕਹਿੰਦੇ ਨੇ ਵੱਡਾ ਦਿਲਵਰ ਬੁਲਾਉਣਾ ਕਿ ਛੋਟਾ ਦਿਲਵਰ ਤੇ ਅਸੀਂ ਵੱਡਾ ਦਿਲਵਰ ਤੇ ਕਹਿ ਨਹੀਂ ਸਕਦੇ ਸਾਡੇ ਪਿਤਾ ਸਮਾਨ ਵੱਡੇ ਦਿਲਵਰ ਸਾਹਿਬ ਉਹਨਾਂ ਦਾ ਵੀ ਹੁਕਮ ਸੀ ਵਿਸ਼ਵ ਸਿੱਖ ਸੰਮੇਲਨ ਤੇ ਇੱਕ ਢਾਡੀ ਦਰਬਾਰ ਹੋਇਆ ਉਸ ਢਾਡੀ ਦਰਬਾਰ ਅੰਦਰ 94 ਢਾਡੀ ਬੁਲਾਏ ਗਏ ਜਿਹਨਾਂ ਚੋਂ ਵੱਡੇ ਦਿਲਵਰ ਸਾਹਿਬ ਬੁਲਾਏ ਗਏ ਤੇ ਦਸਾਂ ਨੂੰ ਵੀ ਮਾਣ ਹਾਸਲ ਹੋਇਆ ਉਸ ਢਾਡੀ ਦਰਬਾਰ ਅੰਦਰ ਉੱਥੇ ਵੀ ਵਾਰਤਾਲਾਪ ਹੋਈ ਤੇ ਮੈਂ ਕੋਟਨ ਕੋਟ ਧੰਨਵਾਦ ਕਰਦਾ ਇੱਥੋਂ ਦੀਆਂ ਸੰਗਤਾਂ ਦਾ ਦਿਲਵਰ ਪਰਿਵਾਰ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਚੰਦਨ ਮਹਿਕਾਂ ਬਣਦੇ ਰਹਿਣਾ ਕਿਤੇ ਪ੍ਰੇਮ ਬਗੀਚਾ ਹੁਣ ਨਾ ਜਾਵੇ ਹੀਰੇ ਮੋਤੀ ਸੋਨਾ ਚਾਂਦੀ ਕਿਤੇ ਕੌਡੀ ਦੇ ਸੰਗ ਤੁਲ ਨਾ ਜਾਵੇ ਸੱਚੀ ਪ੍ਰੀਤ ਪਾਰਸੋ ਮਹਿੰਗੀ ਹੋ ਤਾਂਬੇ ਦੇ ਮੁੱਲ ਨਾ ਜਾਵੇ ਦਿਲਾਂ ਚ ਦੋਸਤੋ ਥਾਂ ਹੈ ਰੱਖਣੀ ਕਿਤੇ ਸਿਰੀਆ ਤੁਹਾਨੂੰ ਭੁੱਲ ਨਾ ਜਾਵੇ ਤੁਹਾਡਾ ਦਿੱਤਾ